ਸੀਏ ਸਟਾਫ ਖਰੜ ਵਿੱਚ ਅਸੀਂ ਖੜੇ ਹਾਂ ਜਿੱਥੇ ਲਾਰੈਂਸ ਬਿਸਨੋਈ ਦਾ 7 ਦਿਨ ਦਾ ਰਿਮਾਂਡ ਅੱਜ ਖਤਮ ਹੋਣ ਜਾ ਰਿਹਾ ਹੈ ਤੇ ਅੱਜ ਰਾਤ ਨੂੰ ਹੋ ਸਕਦਾ ਹੈ ਮਾਨਸਾ ਲਿਜਾਇਆ ਜਾਵੇ ਤੇ ਭਲਕੇ ਮਾਨਸਾ ਦੀ ਅਦਾਲਤ ਵਿੱਚ ਲਾਰੈਂਸ ਬਿਸਨੋਈ ਨੂੰ ਪੇਸ਼ ਕੀਤਾ ਜਾਏਗਾ ਪੁਲਸ ਨੇ ਕੀ ਪੁੱਛਗਿ ਕੀਤੀ ਹੈ ਜਾਂ ਫਿਰ ਕੀ ਖੁਲਾਸੀ ਕੀਤੀ ਨੇ ਲਾਰੈਂਸ ਬਿਸਨੋਈ ਨੇ ਇਹਦੇ ਬਾਰੇ ਅਜੇ ਪੁਲਸ ਨੇ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਤੁਹਾਨੂੰ ਇੱਕ ਜਾਣਕਾਰੀ ਹੋਰ ਦੇ ਦਈਏ ਕਿ ਦਿੱਲੀ ਪੁਲਸ ਨੇ ਜਿਹੜੇ ਦੋ ਗੈਂਗਸਟਰ ਪ੍ਰਿਆਵਰਤ ਫੌਜੀ ਅਤੇ ਕਸ਼ਸ਼ ਨੂੰ ਫੜਿਆ ਸੀ ਉਹਨਾਂ ਦਾ ਭਾਵੇਂ ਕਿ 15 ਦਿਨ ਦਾ ਪੁਲਿਸ ਰਿਮਾਂਡ ਲਿਆ ਹੋਇਆ ਦਿੱਲੀ ਪੁਲਿਸ ਨੇ ਪਰ ਹੁਣ ਜਿਹੜੀ ਪੰਜਾਬ ਪੁਲਿਸ ਹੈ ਜਾਂ ਇਸ ਮਾਮਲੇ ਨੂੰ ਲੈ ਕੇ ਸਿੱਧੂ ਮੂਸੇ ਵਾਲੇ ਮਾਮਲੇ ਨੂੰ ਲੈ ਕੇ ਜੋ ਸੱਟ ਬਣੀ ਹੋਈ ਹੈ ਉਹ ਦਿੱਲੀ ਦੀ ਅਦਾਲਤ ਵਿੱਚ ਬਕਾਇਦਾ ਅਰਜੀ ਲਗਾਏਗੀ ਰਾਧਾ ਰੀਬ੍ਰੈਂਡ ਤੇ ਦੋਨੇ ਮੁਲਜ਼ਮਾਂ ਨੂੰ ਲਿਆਂਦਾ ਜਾਏਗਾ ਕਿਉਂਕਿ ਸਾਰੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਪ੍ਰਿਆਵਰਤ ਫੌਜੀ ਤੇ ਕਸ਼ਿਸ਼ ਨੇ ਦੋ ਸ਼ੂਟਰ ਨੇ ਮੈਂ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸੀ ਔਰ ਇੱਕ ਗੱਡੀ ਉਹਨਾਂ ਨੇ ਵਰਤੀ ਸੀ ਬਾਕੀ ਦੇ ਜਿਹੜੇ ਚਾਰ ਮੁਲਜ਼ਮ ਨੇ ਅਜੇ ਉਹ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਨੇ ਪਹਿਲਾਂ ਇਹ ਸਾਹਮਣੇ ਆਈ ਸੀ ਗੱਲ ਕਿ ਗੋਲੀਆਂ ਚਲਾਉਣ ਵਾਲੇ ਚਾਰ ਜਿਹੜੇ ਸ਼ੂਟਰ ਹੈਗੇ ਨੇ ਪਰ ਹੁਣ ਜਿਨ੍ਹਾਂ ਜੋ ਖੁਲਾਸੇ ਕੀਤੇ ਨੇ ਜੋ ਜੋ ਨੌਜਵਾਨ ਫੜੇਗੇ ਨੇ ਉਹਨਾਂ ਨੇ ਖੁਲਾਸੇ ਕੀਤੇ ਨੇ ਕਿ ਗੋਲੀਆਂ ਚਲਾਉਣ ਵਾਲੇ 6 ਨੌਜਵਾਨ ਸੀਗੇ ਸੋ ਚਾਰ ਜਿਹੜੇ ਹੈਗੇ ਆ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਨੇ ਦੋ ਦਿੱਲੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਜਿਨ੍ਹਾਂ ਨੂੰ ਏਸੀਆਏ ਸਟਾਫ ਦੇ ਵਿੱਚ ਲਿਆ ਕੇ ਜਾਂ ਫਿਰ ਕੋਰਟ ਦੇ ਵਿੱਚ ਪਹਿਲਾਂ ਮਾਨਸਾ ਪੇਸ਼ ਕੀਤਾ ਜਾਏਗਾ ਪੁਲਿਸ ਰਮਾਂਡ ਮੰਗਿਆ ਜਾਏਗਾ ਉਸ ਤੋਂ ਬਾਅਦ ਉਹਨਾਂ ਦੀ ਪੁੱਛਗਿੱਛ ਕੀਤੀ ਜਾਏਗੀ ਉਹਨਾਂ ਦੇ ਦੱਸੇ ਟਿਕਾਣਿਆਂ ਤੇ ਫਿਰ ਪੁਲਿਸ ਛਾਪੇਮਾਰੀ ਕਰੇਗੀ ਸੋ ਪੰਜਾਬ ਪੁਲਿਸ ਦੇ ਸਵਾਲ ਵੱਡੇ ਖੜੇ ਹੋ ਗਏ ਨੇ ਕਿ ਜਿਹੜੇ ਦੋ ਮੁੱਖ ਮੁਲਜ਼ਮ ਨੇ ਉਹ ਦਿੱਲੀ ਪੁਲਿਸ ਨੇ ਫੜੇ ਨੇ ਪਹਿਲਾਂ ਵੀ ਚਾਰ ਪੰਜ ਜਿਹੜੇ ਗੈਂਗਸਟਰ ਨੇ ਉਹ ਪੰਜਾਬ ਦੇ ਮਾਮਲਿਆਂ ਨਾਲ ਸੰਬੰਧਿਤ ਸੀ ਪਰ ਚੜ੍ਹੇ ਉਹ ਦਿੱਲੀ ਪੁਲਿਸ ਦੇ ਹੱਥ ਸੀ ਸੋ ਕਿਉਂ ਕਾਰਗੁਜ਼ਾਰੀ ਢਿੱਲੀ ਰਹੀ ਪੰਜਾਬ ਪੁਲਿਸ ਦੀ ਇਹ ਵੀ ਇੱਕ ਵੱਡਾ ਸਵਾਲ ਹੈ ਸੋ ਦੇਖਦੇ ਆਂ ਕੱਲ ਨੂੰ ਲਾਰੈਂਸ ਬਸ਼ਨੋਈ ਨੂੰ ਜਦੋਂ ਮਾਨਸਾ ਦੀ ਕੋਰਟ ਵਿੱਚ ਪੇਸ਼ ਕੀਤਾ ਜਾਏਗਾ ਤਾਂ ਕੇ 7 ਦਿਨਾਂ ਦੇ ਪੁਲਿਸ ਰਿਮਾਂਡਰਾਂ ਕੀ ਜਾਂਚ ਦਰਾਂ ਸਾਹਮਣੇ ਆਇਆ ਉਹ ਵੀ ਉੱਥੇ ਪੁਲਿਸ ਦੱਸੇਗੀ ਇਹ ਵੀ ਹੋ ਸਕਦਾ ਕਿ ਕੁਝ ਦਿਨ ਦਾ ਜਿਹੜਾ ਪੁਲਿਸ ਰਿਮਾਂਡ ਲਾਰੈਂਸ ਬਸ਼ਨੋਈ ਦਾ ਪੰਜਾਬ ਪੁਲਿਸ ਹੋਰ ਲਵੇ ਸੋ ਖੁਲਾਸੇ ਭਾਵੇਂ ਹੋਣ ਲੱਗੇ ਨੇ ਦੋ ਮੁੱਖ ਮੁੱਦੇ ਵੀ ਪੜਲੇ ਨੇ ਪਰ ਪੰਜਾਬ ਪੁਲਿਸ ਵੱਲੋਂ ਹਜੇ ਕੋਈ ਸੂਚਨਾ ਨਹੀਂ ਦਿੱਤੀ ਜਾ ਰਹੀ ਦਿੱਲੀ ਪੁਲਿਸ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਜੋ ਦੋ ਸ਼ੂਟਰਾਂ ਦੇ ਫੜੇ ਹੋਣ ਬਾਰੇ ਤੇ ਉਹਨਾਂ ਤੋਂ ਹਥਿਆਰ ਇਤੋਂ ਤੱਕ ਕਿ AK47 ਵੀ ਬਰਾਮਦ ਹੋਈ ਆ ਹੋਰ ਵੀ ਕਈ ਵੱਡੇ ਹਥਿਆਰ ਬਰਾਮਦ ਹੋਏ ਨੇ ਇੱਕ ਖੁਲਾਸਾ ਇਹ ਵੀ ਕੀਤਾ ਗਿਆ ਕਿ ਜੇ ਸਿੱਧੂ ਮੂਸੇ ਵਾਲਾ ਬਚ ਜਾਂਦਾ ਗੋਲਿਆਂ ਦੀ ਮਾਰ ਤੋਂ ਤਾਂ ਗਰਨੇਡ ਨਾਲ ਹਮਲਾ ਵੀ ਕੀਤਾ ਜਾ ਸਕਦਾ ਸੀ ਸੋ ਕਿਸ ਤਰ੍ਹਾਂ ਰਾਬਤਾ ਕਰੇਗੀ ਪੰਜਾਬ ਪੁਲਿਸ ਦਿੱਲੀ ਪੁਲਿਸ ਨਾਲ ਇਹ ਇੱਕ ਦੋ ਦਿਨਾਂ ਵਿੱਚ ਪਤਾ ਲੱਗ ਜਾਏਗਾ ਪਰ ਪਹਿਲਾਂ ਦਿੱਲੀ ਕੋਰਟ ਵਿੱਚ ਪੰਜਾਬ ਪੁਲਿਸ ਨੂੰ ਅਰਜੀ ਦੇਣੀ ਪੈਗੀ ਹੋ ਸਕਦਾ ਅੱਜ ਬਾਅਦ ਪਰ ਇਹ ਅਰਜੀ ਦਿੱਤੀ ਜਾਵੇ ਕੈਮਰਾਮੈਨ ਨਰਿੰਦਰ ਦੇ ਨਾਲ ਦਰਸ਼ਨ ਸਿੰਘ ਕੋਖਰ ਖਰੜ ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ ਦੇਸ਼ ਵਿਦੇਸ਼ ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ ਘਰ ਬੈਠੇ 11 ਮਿੰਟਾਂ ਚ 101% ਦੀ ਗਰੰਟੀ ਨਾਲ ਸਮਾਧਾਨ ਵਸ਼ਿਕਰਨ ਅਤੇ ਮੁਟਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਬਰਕਤ ਔਲਾਦ ਕਿਹੜੇ ਤੋਂ ਬਾਅਦ ਹੋਣਾ ਕੋਰਟ ਕੇਸ ਤਲਾਕ ਪ੍ਰਾਪਰਟੀ ਡਿਸਪਿਊਟ ਗੁਪਤ ਰੋਗ ਪੁਰਾਣਾ ਦਰਦ ਪਤੀ ਪਤਨੀ ਚੰਨ ਬੰਦ ਜਾਦੂ ਟੋਣਾ ਮਨਮੋਣੀ ਵਸ਼ਿਕਰਨ ਕਰਵਾਉਣ ਚਾਤ ਤੋੜਵੋਨਾ ਸੋਤਨ ਦੁਸ਼ਮਨ ਤੋਂ छुटਕਾਰਾ ਸਦਾ ਲਈ ਰੁੱਸੇ ਨੂੰ ਮਨਾਉਣਾ ਪਿਆਰ ਮੁਹੱਬਤ ਬਾਬਾ ਯਾਮੀਨ ਬੰਗਾਲੀ 9643503221